ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ। ਅੱਜ ਆਪਾਂ ਤੁਹਾਡੇ ਅੱਗੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਆਪਾਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਗੁਰਦੁਆਰਾ ਈਸ਼ਰ ਧਾਮ ਨਾਨਕਸਰ ਹਰੀਕੇ, ਜੋ ਕਿ ਬਿਲਕੁਲ ਹੀ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਵਾ। ਇਹ ਗੁਰਦੁਆਰਾ 1963 ਦੇ ਵਿੱਚ ਬਾਬਾ ਸਾਧੂ ਸਿੰਘ ਜੀ ਨੇ ਬਣਵਾਇਆ ਸੀਗਾ। ਇਸ ਸਥਾਨ ਦੇ ਉੱਤੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹਨਾਂ ਦਾ ਸਰੀਰ ਦਾ ਜਲ ਪ੍ਰਵਾਹ ਕੀਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ, ਜੋ ਕਿ ਬਹੁਤ ਹੀ ਸੋਹਣਾ ਹੈ, ਤੁਸੀਂ ਦੇਖ ਸਕਦੇ ਜੀ। ਹੁਣ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਵਿੱਚ ਸਾਰਾ ਗੁਰਦੁਆਰਾ ਸਾਹਿਬ ਵਿਖਾਵਾਂਗੇ, ਨਾਲੇ ਦਰਸ਼ਨ ਕਰਾਂਗੇ ਅਤੇ ਨਾਲੇ ਕਰਾਵਾਂਗੇ। ਅਤੇ ਜੇ ਸਾਡੇ ਚੈਨਲ 'ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਅੰਦਰ। ਲਓ ਜੀ, ਹੁਣ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਵੀ, ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਗਲੇ ਬੰਨੇ ਪਾਰਕ ਆ ਅਤੇ ਉਦੋਂ ਅੱਗੇ ਦਰਬਾਰ ਬਣਿਆ ਹੋਇਆ। ਹੁਣ ਆਪਾਂ ਤੁਹਾਨੂੰ ਦਰਬਾਰ ਦੇ ਲਾਗੇ ਲੈ ਕੇ ਚੱਲਦੇ ਹਾਂ। ਲਓ ਜੀ, ਆਪਾਂ ਹੁਣ ਗੇਟ ਤੋਂ ਹੋ ਗਏ ਐਂਟਰ। ਹੁਣ ਆਪਾਂ ਤੁਹਾਨੂੰ ਸਿੱਧਾ ਲੈ ਕੇ ਜਾਵਾਂਗੇ ਦਰਬਾਰ ਦੇ ਵਿੱਚ। ਤੁਸੀਂ ਦੇਖ ਸਕਦੇ ਜੀ ਆਲੇ ਦੁਆਲੇ ਬਹੁਤ ਹੀ ਵਧੀਆ ਰੁੱਖ ਲੱਗੇ ਹੋਏ ਚਾਰੇ ਪਾਸੇ, ਬਹੁਤ ਹੀ ਵਧੀਆ ਪਾਰਕ ਬਣਿਆ ਹੋਇਆ। ਤੁਸੀਂ ਦੇਖ ਸਕਦੇ ਜੇ ਬਹੁਤ ਹੀ ਕੁਦਰਤ ਨਾਲ ਜੁੜਿਆ ਹੋਇਆ ਗੁਰਦੁਆਰਾ ਇਹ। ਫੁੱਲਾਂ ਦੀਆਂ ਕਿਆਰੀਆਂ ਦੇਖ ਸਕਦੇ ਜੇ ਬਹੁਤ ਹੀ ਸੋਹਣੀਆਂ, ਅਤੇ ਨਾਲ ਹੀ ਤੁਸੀਂ ਰੁੱਖ ਦੇਖ ਸਕਦੇ ਜੇ ਬਹੁਤ ਹੀ ਵਧੀਆ ਲੱਗੇ ਹੋਏ। ਅਗਲੇ ਬੰਨੇ ਦਰਬਾਰ 'ਤੇ ਆਪਾਂ ਉਹਨੂੰ ਲੈ ਕੇ ਚੱਲਦੇ ਹਾਂ। ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਤੁਸੀਂ। ਇੱਧਰ ਪਾਰਕ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ, ਫੁੱਲਾਂ ਦੀਆਂ ਕਿਆਰੀਆਂ ਬਹੁਤ ਹੀ ਸੋਹਣੀਆਂ। ਜੇ ਤੁਸੀਂ ਦੁਨੀਆ 'ਤੇ ਸਵਰਗ ਦੇਖਣਾ ਤਾਂ ਇਸ ਗੁਰਦੁਆਰੇ ਜ਼ਰੂਰ ਹੋ ਕੇ ਆਇਓ, ਬਹੁਤ ਹੀ ਸੋਹਣਾ ਬਣਿਆ ਹੋਇਆ। ਇੱਧਰ ਜੋੜਾ ਘਰ ਆ ਜੀ, ਜੋੜਾ ਇੱਧਰ ਉਤਾਰ ਕੇ ਜਾਇਓ। ਹੁਣ ਆਪਾਂ ਇੱਧਰ ਜੋੜੇ ਉਤਾਰਾਂਗੇ ਅਤੇ ਫਿਰ ਆਪਾਂ ਕਰਾਂਗੇ ਦਰਬਾਰ ਦੇ ਦਰਸ਼ਨ, ਨਾਲੇ ਤੁਹਾਨੂੰ ਕਰਵਾਉਣੇ ਆ। ਲਓ ਜੀ, ਈਸ਼ਰ ਧਾਮ ਨਾਨਕਸਰ ਹਰੀਕੇ। ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ, ਦਰਬਾਰ ਦੇ ਵਿੱਚ ਦਰਸ਼ਨ ਕਰਦੇ ਹਾਂ ਆਪਾਂ। ਬਹੁਤ ਹੀ ਸਿੰਘਾਂ ਦੀਆਂ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ ਸਾਰੇ ਗੇਟ ਦੇ ਉੱਪਰ। ਹੁਣ ਆਪਾਂ ਦਰਬਾਰ ਦੇ ਵਿੱਚ ਦਰਸ਼ਨ ਕਰਦੇ ਹਾਂ, ਤੁਸੀਂ ਵੀ ਕਰ ਲਓ। ਲਓ ਜੀ, ਦਰਸ਼ਨ ਆਪਾਂ ਕਰ ਲਿਆ ਅਤੇ ਪ੍ਰਸ਼ਾਦ ਵੀ ਆਪਾਂ ਨੂੰ ਮਿਸ਼ਰੀ ਦਾ ਜਿਹੜਾ ਮਿਲ ਚੁੱਕਿਆ। ਹੁਣ ਇੱਧਰ ਤੈਨੂੰ ਆਪਾਂ ਬਾਬਾ ਜੀ ਦੀ ਗੱਡੀ ਵਿਖਾਉਣੇ ਆ, ਗੱਡੀ ਦੇਖੋ ਕੋਈ ਸਾਰੇ ਜਾਣੇ। ਬਹੁਤ ਹੀ ਸੋਹਣਾ ਬਣਿਆ ਹੋਇਆ, ਜਦੋਂ ਤੁਸੀਂ ਜਾਓਗੇ ਤੁਹਾਨੂੰ ਆਪ ਹੀ ਪਤਾ ਲੱਗੂਗਾ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ। ਇੱਧਰ ਪਾਰਕ ਦੇਖੋ, ਬਹੁਤ ਹੀ ਸੋਹਣੀ ਬਣੀ ਹੋਈ, ਨਾਲ ਇੱਧਰ ਇਮਾਰਤਾਂ ਬਹੁਤ ਹੀ ਸੋਹਣੀਆਂ। ਇੱਧਰ ਬਾਬਾ ਜੀ ਨੇ ਚਿੜੀਆਂ ਰੱਖੀਆਂ ਹੋਈਆਂ, ਆ ਤੁਸੀਂ ਚਿੜੀਆਂ ਦੇਖ ਸਕਦੇ ਜੀ, ਬਹੁਤ ਹੀ ਸੋਹਣਾ ਰਹਿਣ ਵਾਸਤੇ ਬਣਾਇਆ ਹੋਇਆ ਬਾਬਾ ਜੀ ਉਹਨਾਂ ਨੇ। ਖਾਣ ਪੀਣ ਨੂੰ ਵੀ ਖੁੱਲ੍ਹਾ ਅਤੇ ਪਿੰਜਰਾ ਵੀ ਖੁੱਲ੍ਹਾ, ਦੇਖੋ ਤੁਸੀਂ ਇਹ ਬਹੁਤ ਹੀ ਸੋਹਣੀਆਂ ਲੱਗਦੀਆਂ ਦੇਖਣ ਨੂੰ, ਆਮ ਲੋਕਾਂ ਨੇ ਘਰਾਂ 'ਚ ਵੀ ਰੱਖੀਆਂ ਹੁੰਦੀਆਂ। ਇੱਧਰ ਤੁਸੀਂ ਦੋ ਸ਼ੇਰਾਂ ਦੀਆਂ ਮੂਰਤੀਆਂ ਦੇਖ ਸਕਦੇ ਜੀ, ਬਾਬਾ
ਫਿਰ ਸਿੰਘ ਜਹੇਦਾਰ ਦੀ ਆ ਗਈ ਤਸਵੀਰ। ਇੱਧਰ ਆ ਗਿਆ ਜੀ ਮਾਝਾ, ਦੁਆਬਾ ਅਤੇ ਮਾਲਵਾ। ਜਿਹੜੇ ਵੀ ਵੀਡੀਓ ਵੇਖ ਰਹੇ ਆ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਸੀਂ ਕਿਹੜੇ ਏਰੀਏ ਦੇ ਵਿੱਚੋਂ ਜੇ। ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਜੇ, ਬਹੁਤ ਹੀ ਸੋਹਣੀਆਂ। ਉੱਧਰ ਬਾਬਾ ਫਰੀਦ ਜੀ ਦੀ ਤਸਵੀਰ ਦੇਖ ਸਕਦੇ ਤੁਸੀਂ, ਬਾਬਾ ਫਰੀਦ ਜੀ। ਇੱਧਰ ਕਿਸਾਨ ਦੇਖੋ ਤੁਸੀਂ ਜਿਵੇਂ ਪੈਲੀ ਵਾਹ ਰਹੇ ਆ ਬਲਦਾਂ ਦੇ ਨਾਲ। ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ, ਜਦੋਂ ਤੁਸੀਂ ਦਰਸ਼ਨ ਕਰਨ ਜਾਓ ਤਾਂ ਦੇਖ ਕੇ ਆਇਓ, ਰੂਹ ਖੁਸ਼ ਹੋ ਜਾਂਦੀ ਬੰਦੇ ਦੀ। ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰੋ। ਹਰੀਕੇ ਦਰਿਆ ਦੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਥੇ ਤੁਸੀਂ ਪਾਰਕ ਦੇਖ ਸਕਦੇ ਜੇ, ਫਿਰ ਬਹੁਤ ਹੀ ਸੋਹਣੀ, ਕਿਆ ਬਾਤ ਹੈ, ਕੀ ਕਹਿ ਸਕਦੇ ਇਹਦੇ ਬਾਰੇ ਆਪਾਂ। ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਫੁੱਲਾਂ ਦੀਆਂ ਕਿਆਰੀਆਂ, ਫੁੱਲ ਦੇਖੋ ਤੁਸੀਂ ਅਤੇ ਰੁੱਖ ਦੇਖੋ ਚਾਰੇ ਪਾਸੇ। ਇੱਧਰ ਤੁਸੀਂ ਜੇ ਤੁਹਾਨੂੰ ਜਲਦੀ ਜਲ ਪੀ ਸਕਦੇ ਇੱਧਰ, ਦਰਿਆ ਦੇ ਕੰਢੇ 'ਤੇ ਦਰਿਆ ਵਗਦਾ ਹੋਇਆ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਦੋਂ ਵੀ ਤੁਹਾਡਾ ਆਪਣਾ ਪਰਿਵਾਰ ਦੇ ਨਾਲ ਟਾਈਮ ਲੱਗਦਾ ਜਾਓ ਦਰਸ਼ਨ ਕਰੋ, ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ। ਲਓ ਜੀ ਗਰਮੀ ਬਹੁਤ ਸੀ, ਹੁਣ ਅਸੀਂ ਆ ਗਏ ਹਾਂ ਗੋਪੀ ਆਈਸ ਕ੍ਰੀਮ ਦੇ ਕੋਲ ਅਤੇ ਵੀਰ ਕੋਲੋਂ ਕਿਰਾਏ 2 ਗਲਾਸ ਆਖਰੀ ਗੋਪੀ ਆਈਸ ਕ੍ਰੀਮ। ਕੰਟੈਕਟ ਨੰਬਰ ਦਿੱਤੇ ਹੈਗਾ ਜੀ ਵੀਰ ਜੀ।